ਹੋ ਪਹਿਲਾਂ ਤਾਂ ਉਹ ਥੋੜਾ ਸੀਗਾ ਉੱਥੇ ਕੰਮ ਹੁਣ ਦੋ ਤਿੰਨ ਦਿਨਾਂ ਤੋਂ ਉਹ ਜਿਆਦਾ ਸਹਿਮੇ ਹੋਏ ਨੇ ਜਿਆਦਾ ਆਵਾਜ਼ਾਂ ਕਹਿੰਦੇ ਆਉਂਦੀਆਂ ਰਾਤ ਨੂੰ ਬਹੁਤ ਜਿਆਦਾ ਆਵਾਜ਼ ਆਂਦੀ ਐ ਇੰਨੀ ਉਹ ਬੰਕਰਾਂ ਚ ਥੱਲੇ ਬੈਠੇ ਨੇ 300 ਬੱਚੇ ਇਕੱਠੇ ਨੇ ਇਹੇ ਤਾਂ ਇੰਨਾ ਧਮਾਕਾ ਇੰਨਾ ਜ਼ੋਰਦਾ ਹੁੰਦਾ ਉਹ ਦੱਸਦੇ ਵੀ ਸਾਨੂੰ ਵੀ ਐ ਹੁੰਦਾ ਵੀ ਕਿਤੇ ਸਾਡੇ ਨੇੜੇ ਹੀ ਡਿੱਗਿਆ ਸਾਨੂੰ ਵੀ ਬੇਟੀ ਰੋਂਦੀ ਆ ਕਈ ਵਾਰੀ ਵੀ ਤੁਸੀਂ ਕੀ ਕਰ ਰਹੇ ਹੁਣ ਸਾਡੀ ਇੰਨੀ ਪਹੁੰਚ ਨਹੀਂ ਵੀ ਅਸੀਂ ਕਿਸੇ ਨੂੰ ਜਾ ਕੇ ਦੱਸੀਏ ਰੀਕਵੈਸਟ ਤਾਂ ਸਭ ਤੋਂ ਜ਼ਿਆਦਾ ਇਹੀ ਹੈ ਵੀ ਜਿੱਦਾਂ 12-1300 ਕਿਲੋਮੀਟਰ ਨਹੀਂ ਨਿਕਲ ਸਕਦੇ ਜਦੋਂ ਮੌਕਾ ਦੇਖ ਕੇ ਇਹਨਾਂ ਨੂੰ ਇੱਥੇ ਰੂਸ ਦੀ ਸਰਦ ਨਾਲ ਰੂਸ ਦੀ ਦੋਸਤ ਨਾਲ ਸਪੈਸ਼ਲ ਐਡਵਾਈਜ਼ਰੀ ਜਾਰੀ ਕਰਕੇ ਵੀ ਇਹਨਾਂ ਨੂੰ ਇਸ ਰਾਹੀਂ ਕੱਢਿਆ ਜਾਵੇ ਤਾਂ ਬਹੁਤ ਚੰਗਾ। ਯੂਕਰੇਨ ਤੇ ਰੂਸ ਵਿਚਕਾਰ ਚੱਲ ਰਿਹਾ ਹੈ ਸੰਘਰਸ਼ ਦੌਰਾਨ ਵੱਖ-ਵੱਖ ਇਲਾਕਿਆਂ ਤੋਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਜਿਹੜੇ ਬੱਚੇ ਨੇ ਉੱਥੇ ਅਲੱਗ-ਅਲੱਗ ਜਿਵੇਂ ਐਮਬੀਬੀਐਸ ਹੈਗੀ ਆ ਜਾਂ ਹੋਰ ਕੋਰਸ ਜਿਹੜੇ ਕਰਨ ਕਾਫੀ ਦੇਰ ਤੋਂ ਗਏ ਨੇ। ਸੋ ਜੋ ਪਿਛਲੇ ਕੁਝ ਦਿਨਾਂ ਤੋਂ ਯਰੂਸਲਮ ਤੇ ਯੂਕਰੇਨ ਦੇ ਵਿਚਕਾਰ ਜਿਹੜਾ ਸੰਘਰਸ਼ ਚੱਲ ਰਿਹਾ ਸੋ ਉਹ ਹੁਣ ਹਾਲਾਤ ਨੇ ਜਿਹੜੇ ਵੱਤੋਂ ਵੱਤਰ ਹੁੰਦੇ ਜਾ ਰਹੇ ਨੇ ਸੋ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਜਿਹੜੇ ਬੱਚੇ ਉੱਥੇ ਪਹੁੰਚੇ ਹੋਏ ਨੇ ਕੁਝ ਬੱਚੇ ਵਾਪਸ ਆ ਰਹੇ ਨੇ ਕੁਝ ਬੱਚੇ ਅਜੇ ਵੀ ਉੱਥੇ ਫਸੇ ਹੋਏ ਨੇ ਸੋ ਇਸ ਸਮੇਂ ਅਸੀਂ ਜ਼ਿਲ੍ਹਾ ਪਟਿਆਲਾ ਤਹਿਸੀਲ ਰਾਜਪੁਰਾ ਦੇ ਪਿੰਡ ਓਲਾਨਾ ਵਿੱਚ ਖੜੇ ਆਂ ਇੱਥੋਂ ਦੇ ਇੱਕ ਵਿਅਕਤੀ ਨੇ ਬਿੰਦਰਪਾਲ ਸਿੰਘ ਉਹਨਾਂ ਦੇ بیٹے ਜਸਪ੍ਰੀਤ ਕੌਰ ਐਮਬੀਏ ਵਾਸ ਕਰਨ ਗਏ ਹੋਏ ਨੇ ਪਿਛਲੇ ਲਗਭਗ 8-9 ਮਹੀਨਿਆਂ ਤੋਂ ਉੱਥੇ ਗਏ ਨੇ ਸੋ ਸਭ ਤੋਂ ਪਹਿਲਾਂ ਮੈਂ ਉਹਨਾਂ ਦੇ ਜਿਹੜੇ ਪਰਿਵਾਰ ਨੇ ਤੁਹਾਨੂੰ ਉਹਨੇ ਪਰਿਵਾਰ ਨਾਲ ਮੁਲਾਕਾਤ ਕਰਾ ਦਿੰਨੇ ਕਿ ਮੇਰੇ ਨਾਲ ਮੌਜੂਦ ਨੇ ਉਹਨਾਂ ਦੇ ਪਿਤਾ ਵਿੰਦਰਪਾਲ ਸਿੰਘ ਜੀ ਉਹਨਾਂ ਦੀ ਮਾਤਾ ਨੇ ਸੋ ਕੁਝ ਹੋਰ ਰਿਲੇਟਿਵ ਉਹਨਾਂ ਦੇ ਹੈਗੇ ਨੇ ਜਿਹੜੇ ਮੇਰੇ ਨਾਲ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕਿੰਨੀ ਦੇਰ ਤੋਂ ਉਹਨਾਂ ਦੇ ਜਿਹੜੇ ਬੇਟੀ ਆ ਉਹ ਗਈ ਹੋਈ ਆ ਵਿੰਦਰਪਾਲ ਜੀ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਜੀ ਥੈਂਕ ਯੂ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਮੈਨੂੰ ਦੱਸੋ ਕਿ ਤੁਹਾਡੀ ਬੇਟੀ ਕਿੰਨੀ ਦੇਰ ਤੋਂ ਉੱਥੇ ਯੂਕਰੇਨ ਦੇ ਵਿੱਚ ਗਈ ਹੋਈ ਆ ਉਹ 27 ਨਵੰਬਰ 2021 ਨੂੰ ਗਈ ਸੀ ਜੀ ਕਿਹੜਾ ਕੋਰਸ ਕਰਨ ਗਏ? ਐਮਬੀਬੀਐਸ ਦਾ ਕੋਰਸ ਕਰਨ ਗਏ ਜੀ ਉਹ ਯੂਕਰੇਨ ਚ। ਸੋ ਤੁਸੀਂ ਹੁਣ ਤੁਹਾਡੀ ਗੱਲਬਾਤ ਜਿਹੜੀ ਲਾਸਟ ਹੋਈ ਹੈ ਕਦੋਂ ਗੱਲਬਾਤ ਹੋਈ ਹੈ ਹਾਲਾਤ ਬੜੇ ਵੱਧ ਤੋਂ ਵੱਧ ਹੋ ਜਾ ਰਹੇ ਨੇ। ਸੋ ਉੱਤੇ ਕੋਈ ਗੱਲਬਾਤ ਹੋ ਰਹੀ ਹੈ ਉਹਨਾਂ ਨਾਲ ਤੁਹਾਡੀ ਡੇਲੀ? ਹਾਂਜੀ ਡੇਲੀ ਹੁੰਦੀ ਹੈ ਪਰ ਰਾਤ ਨੂੰ ਉਹ 8-9 ਵਜੇ ਤੋਂ ਬਾਅਦ ਲੈਟਾਂ ਤੇ ਨੈਟ ਬੰਦ ਹੋ ਜਾਂਦਾ ਸਵੇਰੇ ਉਹ ਫਿਰ ਉਹਨਾਂ ਨੂੰ ਕੋਈ 6 ਵਜੇ ਤੋਂ ਬਾਅਦ ਖੋਲਦੇ ਆ ਤੇ ਹੁਣ ਮੇਰੀ ਲਾਸਟ ਸਾਢੇ 12 ਵਜੇ ਦੇ ਕਰੀਬ ਗੱਲਬਾਤ ਹੋਈ ਹੈ। ਦਿਨੇ ਕਿ ਰਾਤ ਨੂੰ? ਦਿਨੇ ਹੁੰਦੀ ਨੇ ਸਵੇਰੇ ਦੁਪਹਿਰੇ ਹੁਣ ਸਾਢੇ 12 ਵਜੇ ਗੱਲ ਹੋਈ ਹੈ। ਕੀ ਕਹਿੰਦੇ ਕੀ ਹੈ ਬੇਟੀ ਤੁਹਾਡੀ ਗੱਲਬਾਤ ਹੁੰਦੀ ਹੈ ਕੀ ਕਹਿੰਦੇ ਨੇ ਉੱਥੋਂ ਵੀ ਵਾਪਸ ਕਿਵੇਂ ਜਾਣਾ ਕਿਵੇਂ ਆਇਆ ਜਾਏਗਾ ਹਾਲਾਤ ਕੀ ਨੇ ਉੱਥੋਂ ਜਾਂ ਵਾਪਸ ਆਉਣ ਦੇ ਰਾਹ ਕੀ ਐ ਨੂੰ ਉਹ ਕਹਿੰਦੇ ਵੀ ਜਿਹੜੀ ਸਾਡੀ ਇਹ ਇੱਧਰ 12-1300 ਕਿਲੋਮੀਟਰ ਦੱਸਦੇ ਸਾਡਾ ਹੰਗਰੀ ਵੀ ਇੱਥੇ ਦਾ ਸੜਕਾਂ ਵੀ ਦੱਸਦੇ ਵੀ ਬੰਦ ਨੇ ਵੇ ਬਰਗੋਲ ਵੀ ਸਾਨੂੰ ਕਿਸੇ ਹੋਰ ਤਰੀਕੇ ਨਾਲ ਰੂਸ ਦੀ ਸਰਦ ਦੇ ਨਾਲ ਜਿੱਦਾਂ ਲੱਗਦਾ ਰੂਸ ਰਾਹੀਂ ਬਾਹਰ ਕੱਢਿਆ ਜਾਵੇ ਵੀ ਤੇ ਬਾਕੀ ਜਿਹੜਾ ਸਾਡਾ ਇੱਥੇ ਪ੍ਰਸ਼ਾਸਨ ਜਾਂ ਜਿਹੜੇ ਸਾਡੇ ਸਬੰਧਤ ਇੱਥੇ ਆਂਦੇ ਆ ਉਹ ਕਹਿੰਦੇ ਵੀ ਤੁਹਾਨੂੰ ਕੱਲ 1-2 ਦਿਨ ਚ ਕੱਢਾਂਗੇ ਹੁਣ ਅੱਜ ਸਵੇਰੇ ਉਹਨਾਂ ਦੀ ਗੱਲ ਹੋਈ ਵੀ ਸ਼ਾਇਦ ਤੁਹਾਡਾ ਅਜੇ ਟਾਈਮ ਲੱਗੇ ਜਿੱਤੋਂ ਬਾਰਡਰ ਹੈਗੇ ਨੇ ਜੋ ਕਰਿੰਦੇ ਪੋਲੈਂਡ ਹੈਗਾ ਹੰਗਰੀ ਹੈ ਜਾਂ ਹੋਰ ਜਿੰਨੇ ਬਾਰਡਰ ਨੇ ਜਿੱਥੇ ਤੁਹਾਡੀ ਬੇਟੀ ਪੜ ਰਹੀ ਹੈ ਜਿਸ ਕਾਲਜ ਯੂਨੀਵਰਸਿਟੀ ਦੇ ਵਿੱਚ ਹੈਗੀ ਆ ਉਹ ਤੋਂ ਕਿੰਨੇ ਕੁ ਦੂਰ ਨੇ ਬਾਰਡਰ ਸਾਰੇ ਇਹ ਤਾਂ ਕੋਈ 1300 ਦੇ 1600 ਦੇ ਕਿਲੋਮੀਟਰ ਦੇ ਵਿਚਕਾਰ ਨੇ ਜੀ ਮਤਲਬ ਅਪਰੋਕਸੀਮੇਟਲੀ ਸਾਰੇ ਬਾਰਡਰ ਇਹ ਹਾਂ ਜੀ ਹਾਂ ਜੀ ਚਾਰ ਚਾਰੋਂ ਬਾਰਡਰ ਨੇ ਜੇ ਦੇਸ਼ਾਂ ਦੇ ਜਿਹੜੇ ਹੰਗਰੀ ਆਪਣਾ ਰូមਾਨੀਆ ਜਿਹੜੇ ਦੂਜੇ ਦੋ ਦੇਸ਼ ਨੇ ਤੇ ਬਾਕੀ ਜਿਹੜਾ ਰੂਸ ਦਾ ਬਾਰਡਰ ਹੈ ਉਹ 30 35 40 ਕਿਲੋਮੀਟਰ ਕਰੀਬ ਦੱਸਦੇ ਆ ਵੀ ਜੇ ਸਾਨੂੰ ਇਧਰ ਦੀ ਰਾਹੀਂ ਸਰਕਾਰ ਸੈਂਟਰ ਗਵਰਨਮੈਂਟ ਚਾਵੇ ਮੋਦੀ ਜੀ ਜਾਣ ਪੰਜਾਬ ਸਰਕਾਰ ਹੈਲਪ ਕਰੇ ਨਾਲ ਤੇ ਉਸ ਦੇ ਰਾਹੀਂ ਸਾਨੂੰ ਫਿਰ ਤਾਂ ਹਾਲਾਤ ਉੱਥੇ ਹੋਰ ਵੀ ਬੱਤਰ ਹੋਣਗੇ ਕਿਉਂਕਿ ਰੂਸ ਬਿਲਕੁਲ ਨੇੜੇ ਆ ਦੂਜੇ ਬਾਰਡਰ ਬਹੁਤ ਕਾਫੀ ਦੂਰ ਨੇ ਦੇਖੋ ਜੀ ਸਰਕਾਰ ਉਹਦੇ ਚਾਹੇ ਤਾਂ ਉਹ ਜੋ ਮਰਜੀ ਕਰ ਸਕਦੀ ਆ ਉਹਨਾਂ ਚੋਂ ਚਾਹੇ ਉਹ ਪਰਮਿਸ਼ਨ ਲੈ ਕੇ ਚਾਹੇ ਉਹ ਜਿਦਾ ਹੁਣ ਮੋਦੀ ਜੀ ਨੇ ਕਿਹਾ ਸੀ ਵੀ 에어ਫੋਰਸ ਦੇ ਜਹਾਜ਼ ਵੀ ਤਿਆਰ ਰੱਖੋ ਤੇ ਚਾਹੇ ਉਹ ਹੈਲੀਕਾਪਟਰ ਰਾਹੀਂ ਪੌੜੀ ਜਿੱਦਾਂ ਲਾ ਕੇ ਬੱਚਿਆਂ ਨੂੰ ਕੱਢ ਸਕਦੇ ਆ ਡੇਰ ਸਵੇਰ ਉਹਨਾਂ ਤਾਂ ਪਰਮਿਸ਼ਨ ਲੈ ਕੇ ਉਹਨਾਂ ਕੋਲ ਸਾਰੇ ਸਾਧਨ ਹੁੰਦੇ ਤੁਹਾਡੀ ਬੇਟੀ ਨਾਲ ਡੇਲੀ ਗੱਲ ਹੋ ਰਹੀ ਆ ਇੱਕ ਦਿਨ ਜਾਂ ਦੋ ਦਿਨ ਛੱਡ ਕੇ ਹੁੰਦੀ ਆ ਉਹ ਕੀ ਦੱਸਦੇ ਕੀ ਨੇ ਤੁਹਾਨੂੰ ਵੀ ਉਥੋਂ ਦੇ ਹਾਲਾਤ ਕਿਵੇਂ ਨੇ ਜਿੱਦੇ ਉਥੋਂ ਜਹਾਜ਼ਾਂ ਰਾਈਂ ਆਵਾਜ਼ਾਂ ਬਹੁਤ ਆਉਂਦੀਆਂ ਜਿਵੇਂ ਗੋਲੇ ਸੁੱਟੇ ਜਾ ਰਹੇ ਨੇ ਉਥੋਂ ਦੀਆਂ ਫਾਇਰਿੰਗ ਜਿਹੜੀ ਚੱਲ ਰਹੀ ਆ ਹਾਲਾਤ ਕਿਵੇਂ ਦੇ ਹਾਲਾਤ ਦੱਸ ਰਹੇ ਉਹਨੂੰ ਪਹਿਲਾਂ ਤਾਂ ਉਹ ਥੋੜਾ ਸੀਗਾ ਉੱਥੇ ਕੰਮ ਹੁਣ ਉਹਨੂੰ ਦੋ ਤਿੰਨ ਦਿਨਾਂ ਤੋਂ ਉਹ ਜ਼ਿਆਦਾ ਸਹਿਮੇ ਹੋਏ ਨੇ ਜ਼ਿਆਦਾ ਆਵਾਜ਼ਾਂ ਕਹਿੰਦੇ ਆਉਂਦੀਆਂ ਰਾਤ ਨੂੰ ਬਹੁਤ ਜ਼ਿਆਦਾ ਆਵਾਜ਼ ਆਉਂਦੀ ਐ ਇੰਨੀ ਉਹ ਬੰਕਰਾਂ 'ਚ ਥੱਲੇ ਬੈਠੇ ਤੇ ਹੁਣ ਕਹਿੰਦੇ ਵੀ ਕੰਧਾਂ ਦੇ ਦੁਵਾਰਾਂ ਦੇ ਨਾਲ-ਨਾਲ ਬੈਠੇ ਨੇ ਕੱਚਾ ਥੱਲੇ ਮਿੱਟੀ ਜਿੱਦਾ ਵੇ ਹੁਣ ਜਿਆਦਾ ਸਾਨੂੰ ਬਹੁਤ ਜਿਆਦਾ ਡਰ ਲੱਗ ਰਿਹਾ ਵੀ ਪਹਿਲਾਂ ਦਾ ਕਿ ਸੇਫ ਜਗ੍ਹਾ ਤੇ ਲਿਜਾਇਆ ਗਿਆ ਹੋਇਆ ਜਾਂ ਜਿੱਥੇ ਪਹਿਲਾਂ ਰਹਿੰਦੇ ਸੀ ਉੱਥੇ ਹੀ ਨੇ ਇਹ ਸੇਫ ਜਗ੍ਹਾ ਆ ਜਿੱਦਾਂ ਬਿਲਡਿੰਗਾਂ 'ਚ ਨੌਵੀਂ ਮੰਜ਼ਲ ਤੇ ਕੋਈ 10ਵੀਂ ਮੰਜ਼ਲ ਦੇ ਉਹਨਾਂ ਦੇ ਪਹਿਲਾਂ ਰੂਮ ਸੀ ਉਹਨਾਂ ਨੂੰ ਕੱਢ ਕੇ ਹੁਣ ਥੱਲੇ ਬੰਕਰਾਂ 'ਚ ਜਿਹੜੇ ਬੰਕਰ ਬਣੇ ਹੋਏ ਨੇ ਉਹਦੇ ਵਿੱਚ ਨੇ ਥੱਲੇ ਫੌਜ ਨੇ ਆਪਣੇ ਹਵਾਲੇ ਕਰ ਲਿਓ ਉਹਨਾਂ ਨੂੰ ਹਾਂ ਜੀ ਹਾਂ ਜੀ ਥੱਲੇ ਨੇ ਉਹ ਬੰਕਰਾਂ ਚ ਮਤਲਬ ਸੇਫ ਨੇ ਉਹ ਦੂਸਰੇ ਜਿਹੜਾ ਉੱਤੋਂ ਦਾ ਪ੍ਰਸ਼ਾਸਨ ਦੋ ਚਾਰ ਬੰਦੇ ਜਿਹੜੇ ਉਹਨਾਂ ਦਾ ਰੋਟੀ ਪਾਣੀ ਦਾ ਪ੍ਰਬੰਧ ਵੀ ਮਤਲਬ ਹੁਣ ਘਟਦਾ ਜਾ ਰਿਹਾ ਪਹਿਲਾਂ ਕੁਝ ਸੀਗਾ ਹੁਣ ਬਾਹਰ ਕੀ ਪਤਾ ਉਹਨਾਂ ਦਾ ਖਾਣਾ ਆ ਰਿਹਾ ਕਿ ਨਹੀਂ ਆ ਰਿਹਾ ਹੁਣ ਕੱਲ ਕਹਿੰਦੇ ਸੀ ਵੀ ਸਾਇਦ ਖਾਣਾ ਵੀ ਬਾਹਰੋਂ ਘਟ ਗਿਆ ਖਾਣ ਪੀਣ ਦਾ ਆ ਕਿੱਥੋਂ ਰਿਹਾ ਮੰਨ ਲਓ ਵੀ ਸਾਰੇ ਪਾਸੇ ਜਿਵੇਂ ਬੱਤਰ ਮਾਹੌਲ ਹੈਗਾ ਬਿਲਕੁਲ ਸੈਮ ਦਾ ਮਾਹੌਲਾ ਦੁਕਾਨਾਂ ਜਿਵੇਂ ਬਾਜ਼ਾਰ ਆ ਮਾਰਕੀਟ ਆ ਸਾਰੇ ਬੰਦ ਆ ਕੋਈ ਬਾਹਰ ਨਹੀਂ ਨਿਕਲ ਰਿਹਾ ਰਾਤ ਨੂੰ ਉਹਦੇ ਜਿਹੇ ਡਿਲੀਵਰੀਆ ਹੋ ਕੇ ਮੈ ਰਹੀ ਆ ਦੇਖੋ ਜੀ ਜਿਹੜਾ ਉਹਨਾਂ ਕੋਲ ਪਹਿਲਾਂ ਜਮਾ ਸੀ ਸਟੋਰ ਸੀਗਾ ਉਹ ਉਹਨਾਂ ਨੇ ਹੁਣ ਤੱਕ ਵਰਤਿਆ ਚਲੋ ਘਟ ਦੇ ਕੇ ਅਜਦਾ ਹੁਣ ਕੱਲ ਦੱਸਦੇ ਵੀ 12 ਕਿਤੇ ਡਿਲੀਵਰੀ ਵੀ ਥੋੜੇ ਬਹੁਤੇ 20 30 ਬੱਚਿਆਂ ਵਾਸਤੇ ਘਟ ਗਿਆ ਸੀ ਰਾਸਨ ਉਹ ਬਾਹਰ ਕਿਤੇ ਜਿੱਦਾਂ ਲੈ ਕੇ ਆਏ ਫਿਰ ਬੱਚੇ ਸੀਨੀਅਰ ਸੀਗੇ ਜਿਹੜੇ ਨਹੀਂ ਬੱਚਿਆਂ ਨੂੰ ਬਾਹਰ ਨਿਕਲ ਦੇ ਰਿਹਾ ਇੱਕ ਦੋ ਜਿੱਦਾਂ ਉਹਨਾਂ ਦਾ ਥੋੜਾ ਸਮਾਂ ਸੀਗਾ ਜਿੱਦਾਂ ਉਹਨਾਂ ਨੂੰ 3 4 ਵਜੇ ਅਜਦਾ ਦਾ ਸਮਾਂ ਲੱਗਿਆ ਵੀ ਤੁਸੀਂ ਨਾਲ ਦੇ ਇੱਥੇ ਕਿਤੇ ਹੋਣਾ ਤੇ ਉੱਥੇ ਯੂਨੀਵਰਸਿਟੀ ਤੋਂ ਬਾਹਰ ਦੇ ਕੈਂਪਸ ਤਾਂ ਨਹੀਂ ਨੇੜੇ ਕਿਤੇ ਕੋਈ ਹੋਰ ਉਹਨਾਂ ਦੀ ਜਗ੍ਹਾ ਜਿੱਥੇ ਕਿਸੇ ਨੇ ਬਣਾਇਆ ਹੋਣਾ ਤੁਹਾਨੂੰ ਬੇਟੀ ਨੇ ਕਿਤੇ ਦੱਸਿਆ ਹੋਣਾ ਵੀ ਮੰਨ ਲਓ ਜਿਹੜੇ ਜਾਣ ਦੇ ਬਾਹਰ ਜਾਣ ਦੇ ਹਾਲਾਤ ਨੇ ਜਾਂ ਬਾਹਰ ਜਾਂਦੇ ਨੇ ਕਿਹੜੇ ਟਾਈਮ ਦੇ ਵਿੱਚ ਉਹ ਬਾਹਰ ਨਿਕਲ ਸਕਦੇ ਨੇ ਜਾਂ ਨਹੀਂ ਨਿਕਲ ਸਕਦੇ ਨੇ ਜਾਂ ਬਿਲਕੁਲ ਹੀ ਬਾਹਰ ਨਹੀਂ ਨਿਕਲ ਨਹੀਂ ਐਦਾਂ ਤਾਂ ਨਹੀਂ ਉਹ ਹੈ ਵੀ ਹਰ ਟਾਈਮ ਉਹ ਬਾਹਰ ਹੀ ਫਿਰ ਜਾਂਦੇ ਉਹਨਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਬੰਦਸ਼ ਹੈ ਸਿਰਫ ਉਹ ਸਵੇਰੇ 6 ਤੋਂ 7 ਵਜੇ ਤੱਕ ਇੱਕ ਘੰਟਾ ਬਾਥਰੂਮ ਵਗੈਰਾ ਜਿਹੜਾ ਨਾਲੇ ਆ ਬਿਲਕੁਲ ਉਹਦੇ ਵਿੱਚ ਜਾ ਸਕਦੇ ਬਾਕੀ ਹੋਰ ਕਿਤੇ ਬਾਹਰ ਯੂਨੀਵਰਸਿਟੀ ਤੋਂ ਜਾ ਨਹੀਂ ਸਕਦੇ ਰੋਡ ਤੇ ਤਾਂ ਬਿਲਕੁਲ ਬੰਦਸ਼ ਹੈ ਜੀ। ਬਸ ਸਮਾਂ ਕੋਈ ਵੀ ਹੋਵੇ ਕਦੇ ਵੀ ਫਾਇਰਿੰਗ ਆ ਲੈ ਕਦੇ ਵੀ ਹੋ ਸਕਦਾ। ਹਾਂ ਜੀ ਹਾਂ ਜੀ ਇਹ ਆਹ ਟਾਈਮ ਫਾਇਰਿੰਗ ਹੈ ਜੀ ਉੱਥੇ। ਨੇੜੇ ਤਾਂ ਇੰਨਾ ਧਮਾਕਾ ਇੰਨਾ ਜ਼ੋਰ ਦਾ ਹੁੰਦਾ ਉਹ ਦੱਸਦੇ ਵੀ ਸਾਨੂੰ ਵੀ ਐ ਹੁੰਦਾ ਵੀ ਕਿਤੇ ਸਾਡੇ ਨੇੜੇ ਹੀ ਡਿੱਗਿਆ ਬੰਬ। ਫਿਰ ਤੁਸੀਂ ਹੁਣ ਪਾਰ ਸਰਕਾਰ ਤੋਂ ਮੰਗ ਕੀ ਕਰਦੇ ਹੋ ਤੁਸੀਂ? ਅਸੀਂ ਤਾਂ ਇਹੀ ਮੰਗ ਕਰਦੇ ਜੀ ਵੀ 300 ਬੱਚੇ ਨੇ ਜੀ ਜਿੱਦਾਂ ਤੁਸੀਂ ਇਹਨਾਂ ਬੱਚਿਆਂ ਨੂੰ ਇਧਰ ਦੂਰ ਲੈ ਜਾਣ ਦੀ ਕੋਸ਼ਿਸ਼ ਕਰਦੇ ਵੀ ਜਿੱਦਾਂ ਆਪਣੀ ਦੋਸਤੀ ਹੈ ਇੰਡੀਆ ਦੀ ਰੂਸ ਜੀ ਨਾਲ ਆਪਣੀਤ ਜੀ ਨਾਲ ਇਹ ਨਾ ਨਾਲ ਸਾਨੂੰ ਇਹਨਾਂ ਦੇ ਬਾਰਡਰਾਂ ਦੇ ਰਾਹੀਂ ਇਹਨਾਂ ਨੂੰ ਛੇਤੀ ਤੋਂ ਛੇਤੀ ਕੱਢਿਆ ਜਾਵੇ ਜਿੱਦਾਂ ਇਹ ਕੀ ਕਿ ਦੋ ਦੋ ਜਹਾਜ਼ ਦੋ ਦਿਨਾਂ ਚ ਨਹੀਂ ਘੱਟ ਤੋਂ ਘੱਟ ਵੀ 3-4-4 ਜਹਾਜ਼ ਇਹਨਾਂ ਦੇ ਕੱਢਿਆ ਜਾਣ ਸਾਨੂੰ ਵੀ ਬੇਟੀ ਰੋਂਦੀ ਆ ਕਈ ਵਾਰੀ ਵੀ ਤੁਸੀਂ ਕੀ ਕਰ ਰਹੇ ਹੁਣ ਸਾਡੀ ਇੰਨੀ ਪਹੁੰਚ ਨਹੀਂ ਵੀ ਅਸੀਂ ਕਿਸੇ ਨੂੰ ਜਾ ਕੇ ਦੱਸੀਏ ਹੁਣ ਕੱਲ ਵੀ ਪ੍ਰਸ਼ਾਸਨ ਨੂੰ ਇੱਥੇ ਪਟਿਆਲਾ ਡੀਸੀ ਸਾਹਿਬ ਨੂੰ ਵੀ ਇੱਕ ਮੈਸੇਜ ਸਵੇਰੇ ਵਟਸਐਪ ਕਰਿਆ ਸੀ ਉਹ ਕਹਿੰਦੇ ਜੀ ਅਸੀਂ ਕਰ ਰਹੇ ਨੇ ਡੀ ਸਾਹਿਬ ਨੂੰ ਤੁਸੀਂ ਜਿਹੜੇ ਉਹਨਾਂ ਨੇ ਫੋਨ ਨੰਬਰ ਜਾਰੀ ਕੀਤੇ ਨੇ ਕੋਈ ਗੱਲ ਹੋਈ ਨੰਬਰਾਂ ਦੀ ਨੰਬਰਾਂ ਤੇ ਮੈਂ ਆਪੇ ਵਟਸਐਪ ਕਰੀ ਵੋਟ ਕਰ ਲਿਆ ਤੁਹਾਡਾ ਸਾਰੇ ਬੱਚਿਆਂ ਦਾ ਅਸੀਂ ਇਕੱਠਾ ਹੀ ਭੇਜਾਂਗੇ ਅਸੀਂ ਕਿਹਾ ਵੀ ਸਾਨੂੰ ਬੱਚੇ ਰੋਜ਼ ਸਵੇਰੇ ਸੰਝ ਜਾਂ ਦੁਪਹਿਰ ਨੂੰ ਕਿਤੇ ਫੋਨ ਕਰਦੇ ਆ ਉਹ ਕਹਿੰਦੇ ਵੀ ਸਾਡੇ ਕੋਲ ਕਿਸੇ ਕੋਲ ਨੈਟ ਵੀ ਦੋ ਦੰਦਾ ਰਹਿ ਗਿਆ ਉਹਨੂੰ ਉੱਥੇ ਵਾਈਫਾਈ ਵੀ ਬੰਦ ਹੋਣ ਵਾਲਾ ਸਾਡੇ ਨਾਲ ਫਿਰ ਗੱਲ ਵੀ ਨਹੀਂ ਹੋਣੀ ਵੀ ਤੁਸੀਂ ਛੇਤੀ ਤੋਂ ਛੇਤੀ ਸਾਨੂੰ ਘਟਾਓ ਅਸੀਂ ਕਿਹਾ ਵੀ ਅਸੀਂ ਕੀ ਕਰ ਸਕਦੇ ਆ ਅਸੀਂ ਤਾਂ ਰਿਕਵੈਸਟ ਆਪਣਾ মিডিਆ ਜਾਂ ਪੱਤਰਕਾਰ ਜੀ ਜਿਹੜੇ ਨੇ ਉਹਨਾਂ ਨੂੰ ਥੋੜੀ ਰਿਕਵੈਸਟ ਪਾਈ ਆ ਵੀ ਉਹ ਬੱਚੇ ਕਿੰਨੇ ਆ ਜਿਹੜਾ ਬੰਕਰ ਹੈਗਾ ਜਿੱਥੇ ਉਹਨਾਂ ਸੇ ਉਸ ਕਿੰਨੇ ਬੱਚੇ 300 ਬੱਚੇ ਨੇ ਜੀ ਉਸ ਬੰਕਰ ਦੇ ਵਿੱਚ ਉਹ ਸਾਰੇ ਇੰਡੀਅਨ ਨੇ ਸਾਰੇ ਇੰਡੀਅਨ ਨੇ ਉਹ ਸਾਰਿਆਂ ਨੂੰ ਫਿਰ ਲੈ ਕੇ ਇਕੱਠੇ ਆਣਗੇ ਜਾਂ ਉਥੋਂ ਜੇ ਹਾਂਜੀ ਹਾਂਜੀ ਇੱਕ ਜਿੱਦਾਂ ਇੱਕ ਵੀ ਦੋ ਪਲਾਨ ਜਿਹੜਾ ਇਹਨਾਂ ਦਾ ਬਣਦਾ ਆ ਜੀ ਫਲਾਈਟ ਉਹਦੇ ਵਿੱਚ ਵੀ ਇਹ ਰਿਕਵੈਸਟ ਤਾਂ ਸਭ ਤੋਂ ਜ਼ਿਆਦਾ ਇਹੀ ਹੈ ਵੀ ਜਿੱਦਾਂ 12-1300 ਕਿਲੋਮੀਟਰ ਨਹੀਂ ਨਿਕਲ ਸਕਦੇ ਜਦੋਂ ਮੌਕਾ ਦੇਖ ਕੇ ਇਹਨਾਂ ਨੂੰ ਇੱਥੇ ਰੂਸ ਦੀ ਸਰਦ ਨਾਲ ਰੂਸ ਦੀ ਦੋਸਤੀ ਨਾਲ ਸਪੈਸ਼ਲ ਐਡਵਾਈਜ਼ਰੀ ਜਾਰੀ ਕਰਕੇ ਵੀ ਇਹਨਾਂ ਨੂੰ ਇਸ ਰਾਹੀ ਕੱਢਿਆ ਜਾਵੇ ਤਾਂ ਬਹੁਤ ਵਧੀਆ ਹੈ। ਸੋ ਮੇਰੇ ਨਾਲ ਉਹਨਾਂ ਦੇ ਜਸਪ੍ਰੀਤ ਕੌਰ ਦੇ ਮਾਤਾ ਜੀ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਨੀ ਹੈ। ਆਂਟੀ ਕੀ ਜਿਹੜੀ ਤੁਹਾਡੀ ਬੇਟੀ ਹੈ ਤੁਸੀਂ ਕਿਵੇਂ ਦੇਖ ਰਹੇ ਹੋ ਬੜੇ ਹਾਲਾਤਾਂ ਦੇ ਵਿੱਚ ਬੱਤਰ ਹਾਲਾਤ ਨੇ ਜਿੱਥੇ ਉਹ ਰਹਿੰਦੇ ਨੇ ਤੁਸੀਂ ਇਹਨਾਂ ਹਾਲਾਤਾਂ ਨੂੰ ਕਿਵੇਂ ਦੇਖਦੇ ਹੋ? ਬਸ ਜੀ ਦੇਖ ਰਹੇ ਹਾਂ ਜੀ ਬੈਠੇ ਹੋਏ ਘਰ ਆਪਣੇ। ਤੁਹਾਡੀ ਗੱਲ ਹੁੰਦੀ ਹੈ ਬ ਔਰ ਨੈਟ ਬੰਦ ਹੋ ਗਿਆ ਜੀ ਦੁਬਾਰਾ ਗੱਲ ਹੀ ਹੋਈ ਅੱਜ ਨਹੀਂ ਜੀ ਉਹ ਕਹੇ ਰਿਹਾ 6 ਵਜੇ ਤੋਂ ਬਾਅਦ ਬਾਤ ਕਰਾਂਗੇ ਤੋ ਫਾਇਰਿੰਗ ਹੋ ਰਾ ਚੱਲ ਜਾ ਜੀ ਫਿਰ ਆਵਾਜ਼ ਵੀ ਨਹੀਂ ਆਂਦੀ ਹੈ ਨੈਟ ਵੀ ਚਲੇ ਜਾਂਦੇ ਆ ਜੀ ਤੁਸੀਂ ਜੋ ਗੱਲ ਕਰਦੇ ਹੋ ਕਦੇ ਤੁਹਾਨੂੰ ਨੈਟ ਦੇ ਵਿੱਚ ਤੁਹਾਡੇ ਫੋਨ ਦੇ ਵਿੱਚ ਆਵਾਜ਼ ਆ ਜਾਂਦੀ ਹੈ ਕਦੇ ਤੁਹਾਨੂੰ ਗੋਲੀਆਂ ਚਲਦੀਆਂ ਸੁਣੀਆਂ ਆਵਾਜ਼ ਕਦੇ ਉਹ ਆਜਾ ਜੀ ਇਸਮਾ ਕਹਿ ਰਹੀ ਸੀ ਮੰਮੀ ਅਬ ਦੇਖੋ ਗਰੀ ਜਿਤੋਂ ਗੋਲਾ ਸੁੱਟ ਰਹੇ ਆ ਜਾਂ ਹੋਰ ਕੋਈ ਕਹੇ ਰਿਹਾ ਬਹੁਤ ਫਾਇਰਿੰਗ ਹੋ ਰਹੀ ਉੱਪਰ ਤੋਂ ਬਿਲਕੁਲ ਵੀ ਜਿਤੋਂ ਬਾਥਰੂਮ ਵਗੈਰਾ ਬਿਲਕੁਲ ਜਾਣਾ ਮਨਾ ਆ ਜੀ ਤੇ ਜਦੋਂ ਐਦਾਂ ਦੇ ਹਾਲਾਤ ਬਣਦੇ ਨੇ ਤੁਸੀਂ ਫੋਨ ਨਾਲ ਫਿਰ ਕਿਵੇਂ ਲੱਗਦਾ ਆਪਾਂ ਨੂੰ ਵੀ ਬਹੁਤ ਹਾਲਾਤ ਹਾਂ ਹਾਂਜੀ ਵੀ ਤਾਂ ਕਹਿ ਲਈ ਮੰਮੀ ਬਹੁਤ ਜ਼ਿਆਦਾ ਖਰਾਬ ਹੋ ਗਏ ਜੀ ਕੱਲ ਤੇ ਦੋ ਜੀ ਪਹਿਲਾਂ ਤਾਂ ਕਰਦੇ ਮੈਂ ਕਹਾ ਕੋਈ ਬਾਤ ਨਾ ਬੇਟੇ ਵਿਸ਼ਵਾਸ ਰੱਖੋ ਮਾਲਕ ਸਭ ਕੀ ਗੇਲਾ ਥਰ ਗੇਲ ਵੀ ਹਿੰਮਤ ਨਹੀਂ ਹਾਰਨਾ ਬਿਲਕੁਲ ਵੀ ਵੀ ਬੇਟੀ ਜਦ ਵੀ ਤੋਂ ਆਵਾਜ਼ ਸੁਣੋ ਤਾਂ ਮਹਾਰਾਜ ਦਾ ਸਿਮਰਨ ਕਰੋਂਦੇ ਆ ਬੇਟੀਆਂ ਨਹੀਂ ਰੋਂਦੀ ਨੀ ਜੀ ਹਿੰਮਤ ਵਾਲੀ ਹੈ ਬੇਟੀ ਮੈਂ ਰੋਂਦੀ ਹੋ ਜੀ ਪਰ ਸਾਹਮਣੇ ਰੋਂਦੀ ਬਹਾਨੂੰ ਕਹਿੰਦੇ ਆ ਤੁਸੀਂ ਨਾ ਐਨ ਰਹੋ ਪੰਜਾਬ ਵਿੱਚ ਤੇ ਮੈਂ ਆਵਾਂਗੀ ਗੇਗਾ ਜੱਸੀ ਵੀ ਉਹਨੂੰ ਕਹਿੰਦੇ ਕੋਈ ਬਾਤ ਨਹੀਂ ਹਮ ਉਸਕੇ ਸਾਹਮਣੇ ਕਦੇ ਨਹੀਂ ਕਹਿੰਦੇ ਜੇ ਮੈਂ ਆਵੇਂ ਆ ਨਹੀਂ ਉਹਨੂੰ ਕਹਿੰਦੇ ਪੁੱਤ ਕੋਈ ਬਾਤ ਨਹੀਂ ਮਾਲਕ ਗੇਲ ਜੀ ਪੰਜਾਬ ਸਰਕਾਰ ਤੇ ਇਸ ਗੁਜਾਰ ਸਜਮਾਰ ਬਿਮਾਰੇ ਬੱਚੇ ਜਲਦ ਸੇ ਜਲਦ ਕੱਢੇ ਦੇਹਾ ਜੀ ਤੁਹਾਨੂੰ ਵਿਸ਼ਵਾਸ ਦਿਵਾਇਆ ਕਿ ਹਾਂ ਜੀ ਹਾਂ ਜੀ ਵਿਸ਼ਵਾਸ ਆ ਜੀ ਪੰਜਾਬ ਸਰਕਾਰ ਤੇ ਹੋਰ ਬੱਚਾ ਲੈ ਕੇ ਆਈ ਤੇ ਮਾਰੇ ਵਾਲੇ ਨੂੰ ਵੀ ਲਿਆਵਗੀ ਜੀ ਜਿਤਨਾ ਹੋਰ ਬੱਚੇ ਰਾਤ ਪਹੁੰਚੇ ਆ ਜੀ ਕੱਲ ਪਹੁੰਚੇ ਮੋਬਾਈਲ ਪਹੁੰਚੇ ਜਿਓ ਕੋਈ ਰਿਸ਼ਤੇਦਾਰੀ ਚ ਹੋਰ ਵੀ ਬੱਚਾ ਗਿਆ ਹੋਇਆ ਉੱਥੇ ਨਹੀਂ ਜੀ ਨਾਲ ਕੀ ਕੁੜੀ ਜਾਰੀ ਆ ਜੀ ਕੋਈ ਹੜ ਪਿੰਡ ਦੇ ਆ ਨਹੀਂ ਜੀ ਕੋਹਾੜੇ ਪਿੰਡ ਲੁਧਿਆਣੇ ਸਾਈਡ ਤੇ ਜੀ ਉਹਨੇ ਨਾਲ ਜਿਸਕੇ ਨਾਲ ਝਾਂਸੀ ਕਾ ਨਾਲਾ ਜਿਸਕੇ ਉਹ ਵੀ ਉਸੇ ਬੰਕਰ ਚ ਹੈ ਹਾਂਜੀ ਇਹ ਕੋਰੇ ਤੇ ਮਾਨਸਾ ਪਿੰਡ ਤੇ ਜਾ ਰਿਹਾ ਜੀ ਆਮਨ ਉਹਨਾਂ ਦੇ ਮਾਪੇ ਨਾਲ ਤੁਹਾਡੇ ਜਿਹੜੇ ਹੋਰ ਬੱਚੇ ਨੇ ਕੋਹਾੜੇ ਦੇ ਜਾਂ ਜਿਵੇਂ ਮਾਨਸਾ ਦੇ ਆ ਉਹਨਾਂ ਦੇ ਮਾਪੇ ਨਾਲ ਤੁਹਾਡੀ ਗੱਲ ਹੁੰਦੀ ਹੈ ਹਾਂਜੀ ਹੋਈ ਹੈ ਜੀ ਰਾਜ ਉਹ ਆ ਰਹੇ ਆ ਬੱਚੇ ਨਹੀਂ ਜੀ ਉਹ ਵੀ ਉਸਕੇ ਨਾਲ ਆ ਜੀ ਕੋਈ ਬੱਚਾ ਨਹੀਂ ਆ ਰਿਹਾ ਜੀ ਸਭ ਕੇ ਨਾਲ ਆ ਜਿਵੇਂ ਸਾਥ ਮਾਈਆਂ ਜੀ ਸਭ ਫਿਰ ਤੁਹਾਡੀ ਉਹਨਾਂ ਦੇ ਮਾਤਾ ਪਿਤਾ ਨਾਲ ਗੱਲਬਾਤ ਹੁੰਦੀ ਹੈ ਜਿਵੇਂ ਦੂਜੇ ਬੱਚੇ ਨੇ ਕੀ ਉਹਨਾਂ ਦੇ ਮਾਤਾ ਪਿਤਾ ਤੁਹਾਨੂੰ ਕੀ ਸੁਜੈਸਟ ਕਰਦੇ ਆ ਉਹ ਕਹਿੰਦੇ ਵੀ ਤੁਸੀਂ ਅੱਜ ਕਿੱਥੇ ਗੱਲ ਕੀਤੀ ਆ ਕਿਤੇ ਕੋਈ মিডিਆ ਨਾਲ ਆ ਕੋਈ ਕਿਸੇ ਅਫਸਰ ਨੂੰ ਮਿਲੇ ਮੈਂ ਕੱਲ ਅਸੀਂ ਕਨੌਰ ਚੰਦੂ ਮਾਜਰਾ ਸਾਹਿਬ ਪ੍ਰੇਮ ਸਿੰਘ ਚੰਦੂ ਮਾਜਰਾ ਐਕਐਮਐਲ ਐਮਪੀ ਸਾਹਿਬ ਸੀ ਕਿ ਉਹ ਕਹਿੰਦੇ ਵੀ ਐਸ ਜੈ ਸ਼ੰਕਰ ਜੀ ਜਿਹੜੇ ਨੇ ਵਿਦੇਸ਼ ਮੰਤਰੀ ਵੀ ਮੈਂ ਉਹਨਾਂ ਦਾ ਟਾਈਮ ਲਿਆ ਹੋਇਆ ਦਿੱਲੀ ਤੇ ਵੀ ਮੈਂ ਤੁਸੀਂ ਮੈਨੂੰ ਇੱਕ ਐਪਲੀਕੇਸ਼ਨ ਦਿਓ ਵੀ ਮੈਂ ਛੇਤੀ ਤੋਂ ਛੇਤੀ ਜਿੱਦਾਂ ਤੁਸੀਂ ਕਹਿੰਦੇ ਵੀ ਇਸ ਢੰਗ ਨਾਲ ਕੋਸ਼ਿਸ਼ ਕਰਾਂਗੇ ਵੀ ਜਿਹੜੀ ਟਿਕਟ ਦੀ ਗੱਲ ਚੱਲ ਰਹੀ ਹੈ ਕਿ ਟਿਕਟ ਬੜੀ ਮਹਿੰਗੀਆਂ ਕਰਤੀ ਜਾਂਦੇ ਨੇ ਫਲਾਈਟ ਨੇ ਤੇ ਉਹ ਤੁਸੀਂ ਟਿਕਟ ਲਈ ਹੋਈ ਹੈ ਜਾਂ ਟਿਕਟ ਸਰਕਾਰ ਆਪ ਲੈ ਕੇ ਦੇ ਰਹੀ ਹੈ ਨਹੀਂ ਅਸੀਂ ਤਾਂ ਟਿਕਟ 20 21 ਤਰੀਕ ਨੂੰ ਬੁੱਕ ਕਰਾਤੀ ਸੀ 65000 ਦੀ ਟਿਕਟ ਸਾਡੀ ਹੋਈ ਸੀ ਹੁਣ ਪਰਸੋਂ ਮੈਸੇਜ ਆਇਆ ਵੀ ਤੁਹਾਡੀ ਟਿਕਟ ਕੈਨਸਲ ਹੋ ਗਈ 26 ਤਰੀਕ ਦੀ ਸਾਡੀ ਫਲੈਟ ਸੀਗੀ 27 ਦੀ ਤੇ ਹੁਣ ਦੱਸਦੇ ਆ ਵੀ ਪੰਜਾਬ ਸੈਂਟਰਲ ਗਵਰਨਮੈਂਟ ਨੇ ਕਿਹਾ ਵੀ ਤੁਹਾਨੂੰ ਇਹ ਕੋਈ ਇਹਦਾ ਕਿਸੇ ਕਿਸੇ ਦਾ ਪੈਸਾ ਨਹੀਂ ਲੱਗੂਗਾ ਵੀ ਫ੍ਰੀ ਲੈ ਕੇ ਜਾਣਗੇ ਹੁਣ ਤੱਕ ਸਾਨੂੰ ਕਿਸੇ ਨੇ ਪੈਸਿਆਂ ਨੂੰ ਨਹੀਂ ਕਿਹਾ ਨਾ ਕੋਈ ਫਲੈਟ ਦੀ ਟਿਕਟ ਬੁੱਕ ਕਰਨ ਨੂੰ ਕਿਹਾ ਮੈਂ ਟਿਕਟ ਵੀ ਮਹਿੰਗੀ ਹੋ ਰਹੀ ਹੈ ਪਹਿਲਾਂ ਨਾਲੋਂ ਅੱਜ ਤੱਕ ਸਾਨੂੰ ਕੋਈ ਮੈਸੇਜ ਨਹੀਂ ਆਇਆ ਜੀ ਵੀ ਤੁਸੀਂ ਇਹ ਪੈਸੇ ਜਮ੍ਹਾਂ ਕਰਾਓ ਜਿਹੜੀ 65000 ਦੀ ਅਸੀਂ ਕਰਾਈ ਸੀ ਉਹ ਸਾਡੀ ਕੈਂਸਲ ਹੋ ਗਈ ਸਾਨੂੰ ਮੈਸੇਜ ਆ ਗਿਆ ਵੀ ਤੁਹਾਡੀ ਇਹ ਟਿਕਟ ਕੈਂਸਲ ਹੋ ਗਈ। ਸੋ ਹੁਣ ਕਿ ਜਾਂਦੇ ਜਾਂਦੇ ਸਰਕਾਰ ਨੂੰ ਕੀ ਆਖਰੀ ਅਪੀਲ ਕੀ ਹੈ ਤੁਹਾਡੀ ਸਰਕਾਰ ਨੂੰ ਪ੍ਰਸ਼ਾਸਨ ਨੂੰ ਭਾਰ ਸਰਕਾਰ ਨੂੰ ਵੀ ਕਦੋਂ ਤੱਕ ਤੁਹਾਡੇ ਬੱਚੇ ਵਾ ਦੇਖੋ ਜੀ ਸਭ ਤੋਂ ਵੱਡੀ ਆਸ ਤਾਂ ਸਾਨੂੰ ਆਪਣੇ ਸੀਐਮ ਸਾਹਿਬ ਚੰਨਜੀਤ ਸਿੰਘ ਚੰਨੀ ਜੀ ਨੇ ਬਾਕੀ ਡੀਸੀ ਸਾਹਿਬ ਪਟਿਆਲਾ ਨੇ ਉਹਨਾਂ ਦੇ ਥਰੂ ਆਪਣਾ ਪੀਐਮ ਮੋਦੀ ਜੀ ਸਾਹਿਬ ਨੇ ਸਜੈ ਸ਼ੰਕਰ ਜੀ ਨੇ ਵੀ ਜਿਹੜੇ 300 ਬੱਚੇ ਫਸੇ ਨੇ ਇਹਨਾਂ ਨੂੰ ਛੇਤੀ ਤੋਂ ਛੇਤੀ ਕੱਢਿਆ ਜਾਵੇ ਤਾਂ ਜੋ ਅਸੀਂ ਵੀ ਮਤਲਬ ਦਿਨ ਰਾਤ ਬੈਠੇ ਨੇ ਵੀ ਕਦੇ ਸਾਡੇ ਕੋਲ ਫੋਨ ਆ ਜਾਏ ਵੀ ਉੱਥੇ ਪਹੁੰਚੋ ਜਾਂ ਇੱਥੇ ਪਹੁੰਚੋ ਜਾਂ ਪੈਸੇ ਦਾ ਪ੍ਰਬੰਧ ਕਰੋ ਇਹ ਸਾਰੀਆਂ ਗੱਲਾਂ ਮਤਲਬ ਅਸੀਂ ਸੋਚ-ਸੋਚ ਕੇ ਦਿਨ ਰਾਤ ਹੀ ਕਈ ਵਾਰੀ ਰਾਤ ਨੂੰ ਨੀਂਦ ਵੀ ਨਹੀਂ ਆਉਂਦੀ ਵੀ ਕਦੇ ਮੈਸੇਜ ਆ ਜਾਵੇ ਸੋ ਇਹ ਪਰਿਵਾਰ ਹੈ ਉਸ ਬੱਚੀ ਦਾ ਹੈ ਮਾਤਾ ਪਿਤਾ ਨੇ ਜੋ ਅੱਜ ਯੂਕਰੇਨ ਵਿੱਚ ਫਸੇ ਹੋਏ ਨੇ ਪਿਛਲੇ 9 ਮਹੀਨਿਆਂ ਤੋਂ ਪੜ੍ਹਾਈ ਲਈ ਗਏ ਨੇ ਆਪਣਾ ਭਵਿੱਖ ਸਵਾਰਨ ਲਈ ਗਏ ਨੇ ਪਰ ਅੱਜ ਹਾਲਾਤ ਬੱਦੋਬਾਦਰ ਹੋ ਕੇ ਕਿ ਉਹਨਾਂ ਦੇ ਬੱਚੇ ਪਰਿਵਾਰ ਆ ਜਿਹੜਾ ਪਰਿਵਾਰ ਇੱਥੇ ਤੜਫ ਰਿਹਾ ਤੇ ਬੱਚੇ ਨੇ ਜਿਹੜੇ ਉਹ ਯੂਕਰੇਨ 'ਚ ਤੜਫ ਰਹੇ ਨੇ ਪਰ ਵਿਸ਼ਵਾਸ ਹੈ ਪ੍ਰਮਾਤਮਾ ਤੋਂ ਅਗੇ ਅਰਦਾਸ ਕਰਦੇ ਨੇ ਕਿ ਬੱਚੇ ਉਹਨਾਂ ਦੇ ਸੇਫ ਜਲਦੀ ਤੋਂ ਜਲਦੀ ਭਾਰਤ ਵਾਪਸ ਆ ਜਾਣ ਗੁਰਮukh Singh ਪਰ ਪਾਣਾ ਚੜ੍ਹਦੇ ਗਲਾ ਟਾਈਮ ਟੀਵੀ